ਹਾਂਜੀ, ਸਲਾਮ ਅਲੈਕੁਮ। ਮੈਂ ਡਾਕਟਰ ਮੋਹਸਿਨ। ਅੱਜ ਬਹੁਤ ਅਹਿਮ ਮੁੱਦੇ ਤੇ ਅਸੀਂ ਗੱਲ ਕਰਨ ਲੱਗੇ ਆ। ਉਹ ਕੀ ਗੱਲ ਕਰਨ ਲੱਗੇ ਆ? ਇਸ ਟਾਈਮ ਅਸੀਂ ਮੌਜੂਦ ਆ ਮੋਨਰ ਸਵੇਰਾ ਸ਼ਾਪ ਚਿਸ਼ਤੀਆਂ ਦੇ ਵਿੱਚ, ਖਵਾਜਾ ਕਿਬਲਾ ਆਲਮ ਰੋਡ ਦੇ ਉੱਤੇ। ਡਾਕਟਰ ਸਾਹਿਬ ਨੇ ਬਣਾਈ ਆ ਆਪਣੇ ਬੜੇ ਭਗਤਾਂ ਵਾਲੇ ਜੀ ਆ ਬਿਨਯਾਮੀਨ ਗੁੱਜਰ ਸਾਹਿਬ, ਇਹਨਾਂ ਦੇ ਕੋਲ ਅਸੀਂ ਮੌਜੂਦ ਆ ਤੇ ਇੱਕ ਬਹੁਤ ਵੱਡੀ ਤੇ ਅਹਿਮ ਗੱਲ ਦੇ ਉੱਤੇ ਤੁਹਾਡੇ ਕੋਲ ਰੋਸ਼ਨੀ ਪਾਵਾਂਗੇ। ਇਹ ਜਰਾ ਕੈਮਰਾ ਨਜ਼ਦੀਕ ਲਿਆਓ ਤੇ ਤੁਹਾਨੂੰ ਜਰਾ ਇੱਕ ਗੱਲ ਦੱਸੀਏ, ਅਹਿਮ ਜੀ ਗੱਲ। ਇਹ ਦੇਖੋ ਜਰਾ, ਇਹ ਲਿਖੀ ਆ CP, ਇਹ ਲਿਖੀ ਆ 20+। ਇਹ ਜਰਾ ਕੈਮਰਾ ਪਿੱਛੇ ਕਰੋ। ਅਗਲੀ ਗੱਲ ਇਹ ਆ ਕਿ ਯਾਰ ਵੰਡੇ ਵੰਡੇ 'ਚ ਫਰਕ ਹੁੰਦਾ। ਬਈ ਵੰਡੇ ਵੰਡੇ 'ਚ ਕੀ ਫਰਕ ਹੁੰਦਾ ਉਹ ਤੁਹਾਨੂੰ ਦੱਸਦੇ। ਆਮ ਵੰਡੇ ਜਿਹੜੇ ਨਾ ਅੱਜ ਕੱਲ੍ਹ 3400 ਰੇਟ ਚੱਲਣ ਦਿਆ। ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਆਹ ਕੀ ਰੇਟ ਆ, ਕਹਿੰਦੇ ਇਹ 3600 ਨੂੰ ਆ, ਯਾਨੀ ਕਿ 200 ਦਾ ਫਰਕ ਆ। ਉਹ ਅਗਲੀ ਗੱਲ ਸਭ ਤੋਂ ਅਹਿਮ ਆ ਭਾਈ, ਸਿਰਫ 200 ਦੇ ਫਰਕ ਨਾਲ CP ਜਿਹੜੀ ਆ ਉਹ 2.5-3 ਦਾ ਫਰਕ ਪੈਣ ਡਿਆ। ਇਹਦਾ ਮਤਲਬ ਆ ਕਿ ਤੁਹਾਡੇ ਜਿਹੜਾ ਪ੍ਰੋਡਕਸ਼ਨ ਦੇ ਵਿੱਚ ਵਾਜ਼ੇ ਫਰਕ ਆਏਗਾ, ਵਾਜ਼ੇ ਫਰਕ ਆਉਂਦਾ ਵਾ। 18 CP ਆਮ ਜਿਹੜੇ ਉਹ ਵੰਡੇ ਚੱਲਣ ਦੇ 18 CP ਵਾਲੇ ਚਲਾ ਰਿਹਾ, ਲੇਕਿਨ ਜੇ ਤੁਸੀਂ ਹਾਈ ਪ੍ਰੋ ਦਿਓਗੇ, ਪ੍ਰੋਟੀਨ ਜ਼ਿਆਦਾ ਕਰੋਗੇ, ਅਲਟੀਮੇਟਲੀ ਉਹ ਸਿਰਫ ਥੋੜ੍ਹੇ ਜੇ ਤੁਸੀਂ 200 ਰੁਪਈਆ ਵੱਧ ਪਾ ਲਿਆ ਨਾ, ਲੇਕਿਨ ਉਹੀ ਜਿੱਥੇ ਤੁਸੀਂ 5 ਕਿਲੋ ਵੰਡਾ ਜਾਨਵਰ ਨੂੰ ਪਾ ਰਹੇ ਹੋ ਉਹ ਇਕੱਠਾ ਕਿਲੋ ਦਾ ਫਰਕ ਪੈ ਜਾਣਾ, ਉਹ ਤੁਸੀਂ 4 ਕਿਲੋ ਪਾਓਗੇ ਤੁਹਾਡੇ ਕੋਲ ਬਰਾਬਰ ਰਿਜ਼ਲਟ ਆਏਗਾ। ਮੁਮਕਿਨ ਹੈ ਕਿ ਉਹ ਤੋਂ ਵੀ ਤੁਹਾਨੂੰ 3.5 ਤੀਕਰ ਆਓਗੇ ਤੇ ਉਹਨਾਂ ਰਿਜ਼ਲਟ ਆ ਜਾਵੇ ਜਿੰਨਾ ਤੁਹਾਡੇ ਕੋਲ ਆ ਰਿਹਾ ਵਾ ਉਸ 5 ਕਿਲੋ ਦਾ, ਜਿਹੜੀ CP ਹੈਗੀ 18। ਲਿਹਾਜ਼ਾ ਬੜੀਆਂ ਸ਼ਾਵਾਂ ਅਹਿਮ ਹੁੰਦੀਆਂ ਕਿ ਅਗਰ ਤੁਸੀਂ ਕੋਸਟ ਨੂੰ ਘੱਟ ਕਰ ਸਕਦੇ ਹੋ ਕਿ ਵੀ ਜ਼ਿਆਦਾ CP ਵਾਲਾ ਤੁਸੀਂ ਵੰਡਾ ਪਾਓਗੇ ਨਾ, ਤੇ ਘੱਟ CP ਵਾਲਾ ਜਿਹੜਾ ਵਾ ਉਹ ਤੁਸੀਂ ਉਹਦੀ ਬਜਾਏ ਤੁਸੀਂ 1-2 ਵਾਰ ਟ੍ਰਾਇਲ ਕਰਕੇ ਦੇਖ ਲਓ। ਹਰ ਬੰਦਾ ਵੰਡਾ ਯੂਜ਼ ਕਰ ਰਿਹਾ, ਹਰ ਬੰਦਾ ਹੀ ਵੰਡਾ ਪਾ ਰਿਹਾ, ਲੇਕਿਨ ਹਾਈ ਪ੍ਰੋਟੀਨ ਵਾਲਾ ਪਾ ਕੇ ਤੁਸੀਂ ਚੈੱਕ ਕਰੋਗੇ ਨਾ ਪ੍ਰੋਡਕਸ਼ਨ ਵੱਧ ਜਾਏਗੀ। ਨੰਬਰ 1 ਪ੍ਰੋਡਕਸ਼ਨ ਵੱਧ ਜਾਏਗੀ, ਨੰਬਰ 2 ਤੁਹਾਡੀ ਜਿਹੜੀ ਕੋਸਟ ਆ ਵੰਡੇ ਦੀ ਉਹ ਮਿਨੀਮਾਈਜ਼ ਹੋ ਸਕਦੀ ਆ। ਇਹ ਤੇ ਗੌਰ ਜ਼ਰੂਰ ਕਰਿਓ। ਸ਼ੁਕਰੀਆ ਜੀ।